ਆ ਖੁਸ਼ਖਬਰੀ ਤੁਹਾਡੇ ਵਾਸਤੇ, ਕੰਮ ਮਿਲ ਗਿਆ ਆਪਾਂ ਨੂੰ, ਆਪਾਂ ਸੁਬਹ ਦਿਹਾੜੀ ਲਾਉਣ ਜਾ। ਉਹ ਕਿੱਥੇ? ਪਰ ਮੇਰੀ ਮਜ਼ਦੂਰਾਂ ਤੋਂ ਵੀ ਬਾਤ ਹੋਈ ਹੈ। ਹਾਂ ਮੈਨੂੰ ਲੱਗਦਾ ਮੈਨੂੰ ਲੀਲੀ ਨਾਲ ਪਿਆਰ ਹੋ ਗਿਆ। ਪਿੱਛੇ ਆ ਕੀ ਹੋ ਗਿਆ? ਰਾਤੀ ਲੀਲੀ ਨੂੰ ਥੱਪੜ ਵੱਜ ਗਿਆ ਯਾਰ। ਯਾਰ ਤੇਰਾ ਉਹੀ ਲੀਲੀ ਵਾਲੇ ਚੱਕਰ ਯਾਰ, ਦਫਾ ਕਰ ਲੀਲੀ ਨੂੰ ਆਪਣੇ ਕੰਮ ਤੇ ਧਿਆਨ ਦੇ। ਕੀ ਯਾਰ ਫਿਰ ਵੀ ਤੇਰੇ ਭਰਾ ਦਾ ਪਿਆਰ ਹੈ ਦਾ ਬੰਦਾ, ਸ਼ੁਕਰ ਕਰ ਕੰਮ ਲੱਭ ਗਿਆ ਯਾਰ। ਰਾਤ ਮਾੜੀ ਹੋਈ, ਕਿੱਦਾਂ ਬਣਾਵਾਂ ਯਾਰ ਉਹਨੂੰ ਮੈਂ? ਉਹ ਯਾਰ ਕਿਵੇਂ ਬਣਾਉਣਾ ਵਾ, ਇੰਜ ਕਰ ਤੂੰ ਮੇਰੇ ਸਿਰ 'ਚ ਕੋਈ ਸ਼ੈ ਮਾਰ ਦੇ। ਬਸ ਕਰ ਯਾਰ ਬਸ ਕਰ ਯਾਰ, ਤੂੰ ਆਪੇ ਗਿਆ ਇੱਕ ਦਿਨ ਮੈਂ ਕੰਮ ਲੱਭ ਕੇ ਦਿੱਤਾ, ਉੱਤੋਂ ਤੂੰ ਪਾਗਲ ਹੋਇਆ ਲੀਲੀ ਪਿੱਛੇ। ਕੰਮ ਤੇ ਧਿਆਨ ਦੇ ਜੇ ਕਰਨਾ ਕਰਨ, ਸਿੱਧਾ ਜਵਾਬ ਮੇਰਾ ਪਿਆਰ ਆ ਯਾਰ। ਲੀਲੀ ਲੀਲੀ ਲਾਈ ਆ ਤੈਨੂੰ, ਖਿਆਲ ਹੀ ਕੋਈ ਜ਼ਿੰਦਗੀ ਦਾ। ਓ ਯਾਰ ਗੁੱਸਾ ਹੀ ਕਰ ਗਿਆ ਯਾਰ। ਓ ਬਸ਼ੀਰਿਆ ਆ ਬੋਸ, ਅਗਰ ਆਪਣਾ ਮਿਸ਼ਨ ਪਾਸ ਹੋ ਗਿਆ ਨਾ ਤੇ ਉਹ 5 ਕਿੱਲੇ ਨਾ ਤੇਰੇ ਨਾਲ ਲਵਾ ਚੜਨਾ। ਕਸਮ ਹੈ ਸੌਂਖਾ ਤੇਰੀ ਸੌ ਮੇਰੀ ਤਾਂ। ਅੱਛਾ ਲੀਲੀ ਨਾਲ ਗੱਲ ਹੋਈ ਤੇਰੀ? ਆਹੋ ਹੋਈ ਸੀਗੀ। ਕੀ ਕਹਿੰਦੀ ਮਿਸ਼ਨ ਟੈਟ ਜਾ ਰਿਹਾ? ਮਿਸ਼ਨ ਤਾਂ ਆਪਣਾ ਸਹੀ ਚੱਲ ਰਿਹਾ ਵਾ, ਬਾਕੀ ਕੁਛ ਨੀ ਇੱਕ ਮਸਲਾ ਬਣ ਗਿਆ। ਉਹ ਵੀ ਦੱਸਣ ਗਿਆ ਨਾ ਰਾਤੀ, ਇੱਕ ਮਸਲਾ ਬਣ ਗਿਆ। ਅੱਛਾ ਗੱਲ ਸੁਣ, ਉਹ ਮੈਂ ਨਾ ਉਹ ਮੁੰਡੇ ਬੁਲਾਇਆ ਕੰਮ ਵਾਸਤੇ ਤੇ ਮੈਨੂੰ ਉਹਨਾਂ ਦੀਆਂ ਮਿਸਕਾਲਾਂ ਆ ਰਹੀਆਂ, ਬੋਸ ਉਹ ਹੁੰਦਾ ਜਿਹੜਾ ਕੰਨ ਫੜ ਕੇ ਚਪੇੜਾ ਮਾਰਦਾ ਆਈ। ਰਾਤ ਲੀਆਂ ਦੱਸ ਭਾਈ, ਬਤਾਊ ਬਾਅਦ ਚ ਤੋੜ ਲਈ। ਤੁਹਾਡੇ ਕੋਲ 2 ਮਿੰਟ ਆ ਇੱਥੇ ਕੰਮ ਕਰਨਾ ਤੇ ਆਇਓ, ਚੱਲ ਜਾਓ ਅਸੀਂ ਕੋਈ ਹੋਰ ਬੰਦਾ ਬੁਲਾ ਲੈਂਦੇ ਫਿਰ ਨਾ ਕਹੀਓ ਆਇਓ। ਕਮੇਟੀ ਵੀ ਦੇਣੀ ਯਾਰ ਬੋਸ ਆ ਗਏ। ਓਏ ਆ ਕਿੱਧਰ ਲੈ ਆਇਆ ਇਹਨਾਂ ਨੂੰ? ਕੀ ਮਤਲਬ ਬੋਸ? ਕੋਈ ਮਤਲਬ ਕੰਮ ਦੱਸੋ ਇਹਨਾਂ ਨੂੰ, ਮੇਰੇ ਕੰਮ ਪਾ ਦਿਓ। ਓਏ ਉਹ ਕੀ ਕਰ ਸਕਦੇ ਆ ਤੁਸੀਂ? ਤੂੰ ਬਹੁਤ ਟੈਂਕੀ ਦੇ ਮੂੰਹ ਵਾਲਿਆ, ਕੀ ਕਰ ਸਕਦਾ? ਤੁਹਾਡੀ ਟੈਂਕੀ ਸਾਫ ਕਰ ਸਕਦੇ ਆ ਜੀ ਬੋਸ, ਟੈਂਕੀ ਸਾਫ ਕਰਾ ਲਓ ਆਪਣੀ। ਮੈਂ ਕਰਦਾ ਪੁਲਿਸ ਨੂੰ ਕਾਲ। ਪੁਲਿਸ ਨੂੰ ਬੋਸ? ਓ ਮਤਲਬ ਤੁਹਾਨੂੰ ਕਾਲ ਕਰਦਾ, ਲਾਓ ਇਹਨਾਂ ਨੂੰ ਕੰਮ ਤੇ। ਅੱਛਾ ਅੱਛਾ ਕਰਨ ਲੱਗੇ ਓਏ। ਓਏ ਉਹ ਮੈਨੂੰ ਇਹ ਦੱਸੋ ਧਰ ਤੋਂ ਖਾਲਾ ਕਿਹੜਾ ਬੰਦਾ ਸਹੀ ਕਰਦਾ? ਓ ਤੂੰ ਬੋਲ ਬੋਸ, ਬੇਫਿਕਰ। ਓ ਤੂੰ ਬੋਲ ਜਨਾਬ, ਮੈਨੂੰ ਤਾਂ ਖਾਲਾ ਕੱਢਣਾ ਨਹੀਂ ਆਉਂਦਾ। ਆਹ ਖਾਲਾ ਬਹੁਤ ਸੋਹਣਾ ਕੱਢਦਾ ਵਾ। ਹੈਲੋ ਅਭਿਸ਼ੀਰਿਆ। ਹਾਂ ਹਾਂ ਕਢਾ ਇਹਨਾਂ ਕੋ ਪਿੰਡ ਦਾ ਗੰਦਾ ਖਾਲਾ। ਬੋਸ ਬੇਫਿਕਰ ਹੋਇਆ। ਅੱਛਾ ਇਹਦਾ ਮਤਲਬ ਆ ਤੈਨੂੰ ਕੰਮ ਸਿੱਖਣ ਦੀ ਜ਼ਰੂਰਤ ਹੈ। ਤੂੰ ਇੱਦਾਂ ਕਰ, ਤੂੰ ਜਾ ਕੇ ਖਾਲਾ ਕੱਢ। ਓਏ ਉਹ ਤੂੰ ਆ ਕੇ ਇੱਥੇ ਬਹਿ, ਆ ਬੋਸ ਕੋ ਬਹਿ ਆ ਕੇ ਉਸ ਅਮੈਦਰਾ ਨੂੰ ਖਾਲਿਆ ਦੱਸ ਕੇ ਆਇਆ, ਇਹਨੂੰ ਕੰਮ ਤੇ ਲਾ। ਅੱਛਾ ਗੱਲ ਸੁਣ ਮੇਰੀ, ਆ ਖਾਲਾ ਹੀ ਉਹ ਇਹਨੂੰ ਕੱਢਣਾ ਵਾ ਅੱਜ, ਠੀਕ? ਅੱਜ ਨੀ ਬਲ ਦੱਸਦੇ ਘੰਟੇ ਕੱਢ ਕੇ ਵਾਪਸ ਆ ਕੇ ਇਹਨੂੰ ਹੋਰ ਕੰਮ ਲਾ ਦਿਆ, ਠੀਕ ਆ? ਚੱਲ ਸ਼ੁਰੂ ਹੋ ਜਾ, ਲੱਗ ਗਿਆ ਕੰਮ ਤੇ ਲੱਗ ਗਏ। ਰਾਤ ਨੂੰ ਝੱਟ ਨਸ਼ਾ ਪੱਤਾ ਕਰੀਦਾ ਜੀ, ਸਿੱਧਾ ਹੋ ਕੇ ਬਹਿਣ। ਹੁਣ ਤੈਨੂੰ ਕੰਮ ਤੇ ਲਾਵਾਂ ਜਾਂ ਠਾਣੇ ਫੜਾਵਾਂ? ਗੁਰੂ ਜੀ ਹੁਣ ਕੰਮ ਹੀ ਕਰਨਾ ਹੈ, ਜਦੋਂ ਕੰਮ ਹੀ ਕਰਨਾ ਇੱਥੇ ਹੀ ਹੋਣਾ ਤੇ
ਉਹਦੇ ਨਾਲ ਕੀ ਤੇਰਾ ਲੀਲੀ ਨਾਲ ਲੀਲੀ ਮੇਰਾ ਪਿਆਰ ਆ ਜੀ ਓਏ ਪਤੰਦਰਾ ਤੈਨੂੰ ਪਤਾ ਵਾ ਉਹ ਮੇਰੀ ਮੰਗ ਆ ਤੁਸੀਂ ਮੰਗੀ ਰੱਖੋ ਮੈਂ ਤਾਂ ਬਸ ਪਿਆਰ ਹੀ ਕਰਨਾ ਉਹਨੂੰ ਬਸ ਤੇਰਾ ਲਾਨਾ ਹਿਸਾਬ ਮੈਂ ਵੀ ਉਹ ਜੀ ਮੈਂ ਉਹਨੂੰ ਪਿਆਰ ਕਰਦਾ ਉਹ ਮੈਨੂੰ ਪਿਆਰ ਕਰਦੀ ਹੈ ਓਏ ਖਮੋਸ਼ ਹੋ ਯਾ ਕੰਮ ਕਰਨ ਆਇਆ ਵਾ ਓ ਬਸ਼ੀਰਿਆ ਜੀ ਬੋਸ ਮੈਂ ਆਇਆ ਜ਼ਰਾ ਹੋ ਗਏ ਕੰਮ ਤੋਂ ਚੱਲ ਉੱਠ ਜਾ ਕੇ ਕੰਮ ਕਰ ਤੇਰੀ ਆਸ਼ਕੀ ਕੱਢਾਂ ਓਏ ਤੈਨੂੰ ਵੀ ਕੰਮ ਤੇ ਲਾਈਏ ਲੈ ਜਾ ਦੀ ਆਸ਼ਕੀ ਸਾਰੀ ਲੈ ਜਾ ਰਿਹਾ ਬੋਲ ਦੇ ਜਿਹਦਾ ਆਇਆ ਓਏ ਸਾਲੀ ਗੁਰਬਤ ਨਾ ਹੁੰਦੀ ਤੇ ਅੱਜ ਇਹੋ ਜਿਹੇ ਬੰਦੇ ਤੇ ਮੈਂ ਥਾਪੜੇ ਮਾਰਨੇ ਓਏ ਆਇਆ ਸ਼ਾਨ ਹੈਲੋ ਓ ਤੁਹਾਡੇ ਵਿੱਚੋਂ ਸਪਰੇਅ ਕਿਹੜਾ ਬੰਦਾ ਸਹੀ ਕਰ ਲੈਂਦਾ ਓ ਜੀ ਸਪਰੇਅ ਤਾਂ ਮੈਂ ਬਹੁਤ ਚੰਗੀ ਸਪਰੇਅ ਕਰਨਾ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਹੈ ਤੁਸੀਂ ਮੈਨੂੰ ਦੱਸੋ ਮੈਂ ਕਿੱਥੇ ਕਰਨੀ ਸਪਰੇਅ ਮੈਂ ਕਰਾਂਗਾ ਸਪਰੇਅ ਅੱਛਾ ਯਾਨੀ ਅਸੀਂ ਇੱਕੋ ਸਪਰੇਅ ਕਰਵਾ ਕੇ ਤੇ ਆਪਣੀ ਫਸਲ ਖਰਾਬ ਕਰਵਾ ਲਈਏ ਉਹ ਜਾ ਕੇ ਬੱਜੇ ਦੇ ਬੈ ਉਹ ਜਾ ਕੇ ਮੇਰਾ ਬੋਤਲ ਸਪਰੇਅ ਓਏ ਆ ਮਤਲਬ ਨਹੀਂ ਮੇਰਾ ਜਨਾਬ ਸਪਰੇਅ ਕਰੋ ਜੋ ਭਾਈ ਟਾਈਮ ਦਾ ਕਰੋ ਜੋ ਭਾਈ ਬੱਜੇ ਦੇ ਤੇ ਸਾਰਾ ਕੰਮ ਸਾਲਿਆਂ ਨੇ ਮੇਰੇ ਕੋਲ ਲੈ ਲਿਆ ਸਭ ਉਹ ਵਿਹਲੇ ਨੂੰ ਕੋਲ ਬਾਹ ਰਿਆ ਪਤਾ ਨਹੀਂ ਉਹਨੂੰ ਦਿੱਤਾ ਦੇਣਾ ਵਾਹ ਇੰਨੀ ਸਪਰੇਅ ਕਰਨੀ ਉਹ ਨਹੀਂ ਮੈਂ ਇਕੱਲੇ ਨੇ ਉਹ ਇੰਨੀ ਸਪਰੇਅ ਲਿਆਂਦੀ ਕਿੱਥੋਂ ਇਹਨਾਂ ਨੇ ਚਲੋ ਜੀ ਹੁਣ ਕਰਨੀ ਪੈਣੀ ਕੀ ਕਰੀਏ ਕੰਮ ਬਹੁਤ ਪਏ ਨੇ ਤੇ ਬੋਸ ਨੇ ਮੈਨੂੰ ਕਿਹਾ ਸੀ ਕਿ ਬੈਂਕ ਵੀ ਜਾਣਾ ਆ ਕੇ ਮੈਂ ਟਿਕਟ ਵੀ ਬਣਾਉਣੀ ਤੇ ਲੱਗਾ ਤੇ ਹੋਇਆ ਕੰਮ ਤੇ ਆਪਾਂ ਹੁਣ ਇੱਦਾਂ ਕਰਦੇ ਜ਼ਰਾ ਵਿਛੋੜਾ ਹੋ ਗਏ ਹੁਣ ਹੈਲੋ ਉਹ ਭਾਈ ਆ ਧਿਆਨ ਰੱਖੀ ਅੱਛਾ ਵਿਹਲਾ ਹੀ ਬੈਠੀ ਆ ਬੰਦਾ ਭੱਜੇ ਨਾ ਇਹਨੂੰ ਕੋਈ ਜ਼ਰੂਰਤ ਹੋਵੇ ਤੇ ਠੀਕ ਆ ਤਾਂ ਮੈਂ ਜ਼ਰਾ ਸ਼ਹਿਰੋਂ ਹੋ ਗਿਆ ਆ ਓਕੇ ਲੀਲੀ ਬਾਇਰਾ क्या हुआ है आपको क्या हुआ मसला बन गया क्या हुआ है आपको ऐसे मार क्यों रहे हो वो बेला क्या बोल रहा है फिर क्या क्या दिया उसने अब ऐसे मार क्यों रहे हैं मुझे वो कहता है मैं प्यार करता हूँ तुमसे झूठ बोलता है वो मैं सिर्फ आपसे मोहब्बत करती हूँ मुझे तुम पे शक है मैंने तुम्हें धोखा नहीं दिया मेरा उसके साथ कसम से कोई ताल्लुक नहीं है झूठ भी नहीं बोल सकता मेरा मैं चंद सितारे की भाई मेरे लीली मारता लीली मारता नाल दे रहे थे भज गया भज क्यों नाल दे रहे थे ਲੀਲੀ ਨੂੰ ਮੌਲਾ ਨਾ ਮਾਰੇ ਤੇ ਵੇਲਾ ਮਰਨ ਨਹੀਂ ਉਹ ਦਿੰਦਾ ਓਏ